ਅਤੇ ਜੇ ਮੈਂ ਇੰਡੀਵਿਜੁਅਲੀ ਗੱਲ ਕਰਾਂ, ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਿਲਕ ਨਗਰ ਦੀ, ਅਤੇ ਉੱਥੇ ਤਾਂ ਆਪਾਂ ਜਿੱਤੇ ਹਾਂ, ਪਰ MP ਦੀ ਸੀਟ ਆਪਾਂ ਨਹੀਂ ਕੱਢ ਪਾਏ। ਪਰ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਪਿਛਲੇ 2014 ਅਤੇ 2019 ਦੇ ਨਤੀਜਿਆਂ ਨਾਲ, ਤਾਂ ਉਹਨਾਂ ਤੋਂ ਬਹੁਤ ਬਿਹਤਰ ਨਤੀਜੇ ਨੇ। ਲੋਕਾਂ ਦਾ ਮੋਹ ਜੋ ਸੀਗਾ BJP ਵੱਲੋਂ ਬਹੁਤ ਘੱਟ ਗਿਆ, ਭੰਗ ਹੋ ਗਿਆ। ਪਰ BJP ਨੂੰ ਇੱਕ ਸਬਕ ਇਹਨਾਂ ਚੋਣਾਂ ਤੋਂ ਮਿਲਿਆ, ਬਈ ਉਹ ਤਾਨਾਸ਼ਾਹੀ, ਗੁੰਡਾਗਰਦੀ ਅਤੇ ਨਫ਼ਰਤ ਦੀ ਰਾਜਨੀਤੀ ਨਹੀਂ ਚੱਲ ਸਕਦੀ। ਮੈਨੂੰ ਲੱਗਦਾ ਉਹਨਾਂ ਨੂੰ ਇਸ ਸਬਕ ਤੋਂ ਸਬਕ ਮਿਲੇਗਾ, ਅਤੇ ਉਹ ਹੁਣ ਕੰਮ ਵੱਲ ਧਿਆਨ ਦੇਣਗੇ, ਸਾਡੇ ਕੰਮ ਨਹੀਂ ਰੋਕਣਗੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਨਤੀਜੇ ਨਾ ਸਹੀ ਆਉਣ ਕਾਰਨ ਜੋ ਹੈ ਅੱਜ ਬੈਠਕ ਹੋਈ ਹੈ ਕਾਫੀ ਵੱਡੀ। ਸੁਨੀਤਾ ਕੇਜਰੀਵਾਲ ਜੀ ਨੇ ਪ੍ਰਧਾਨਗੀ ਦੇ ਵਿੱਚ ਸਾਰੇ ਵਿਧਾਇਕ ਜਿਹੜੇ ਆ ਦਿੱਲੀ ਦੇ ਵਿੱਚ ਇਕੱਠੇ ਹੋਏ ਸੀਗੇ। ਸਾਡੇ ਨਾਲ ਜਰਨੈਲ ਸਿੰਘ ਜੀ ਮੌਜੂਦ ਨੇ, ਦਿੱਲੀ ਤੋਂ ਵਿਧਾਇਕ ਵੀ ਨੇ ਤਿਲੰਗਰ ਤੋਂ। ਸਰ, ਜਿਸ ਤਰੀਕੇ ਨਾਲ ਸੋਚਿਆ ਜਾ ਰਿਹਾ ਸੀਗਾ ਉਸ ਤਰੀਕੇ ਨਾਲ ਨਹੀਂ ਹੋ ਪਾਇਆ ਲੋਕ ਸਭਾ ਦੀ ਚੋਣਾਂ 'ਚ, ਕੀ ਕਾਰਨ ਮੰਨਦੇ ਹੋ ਅੰਦਰ ਬੈਠਕ ਦੇ, ਕੀ ਸਿੱਟੇ ਰਹੇ ਨੇ ਅੱਜ? ਵੇਖੋ, ਅੱਜ ਸਾਡੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੀ ਧਰਮ ਪੰਤਰੀ ਨੇ ਮੀਟਿੰਗ ਲਈ। ਪਾਰਟੀ ਦੇ ਸਾਰੇ ਸਾਡੇ ਸੀਨੀਅਰ ਲੀਡਰ ਸਾਹਿਬਾਨ, ਦਿੱਲੀ ਦੇ ਵਿਧਾਇਕ ਸਾਹਿਬਾਨ ਮੌਜੂਦ ਰਹੇ, ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ, ਅਤੇ ਨਾਲ ਹੀ ਨਾਲ ਸਭ ਨੂੰ ਇਹ ਨਿਰਦੇਸ਼ ਦਿੱਤੇ ਗਏ ਵੀ ਆਪਣੇ ਆਪਣੇ ਹਲਕਿਆਂ ਵਿੱਚ ਜਾ ਕੇ ਅਤੇ ਜੋ ਸਾਡਾ ਮੇਨ ਕੰਮ ਹੈ ਡਿਵੈਲਪਮੈਂਟ ਦੇ ਕੰਮਾਂ 'ਤੇ ਧਿਆਨ ਦਿਓ। ਜਿੱਥੇ ਤੱਕ ਦਿੱਲੀ ਦੇ ਨਤੀਜਿਆਂ ਦੀ ਗੱਲ ਹੈ, 7 ਵਿੱਚੋਂ ਅਸੀਂ ਇੱਕ ਵੀ ਸੀਟ ਨਹੀਂ ਜਿੱਤ ਪਾਏ। ਪਰ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਪਿਛਲੇ 2014 ਅਤੇ 2019 ਦੇ ਨਤੀਜਿਆਂ ਨਾਲ, ਤਾਂ ਉਹਨਾਂ ਤੋਂ ਬਹੁਤ ਬਿਹਤਰ ਨਤੀਜੇ ਨੇ। ਲੋਕਾਂ ਦਾ ਮੋਹ ਜੋ ਸੀਗਾ BJP ਵੱਲੋਂ ਬਹੁਤ ਘੱਟ ਗਿਆ, ਭੰਗ ਹੋ ਗਿਆ। ਥੋੜ੍ਹੇ ਥੋੜ੍ਹੇ ਮਾਰਜਨ ਤੋਂ ਸਾਡੀ ਕੋਈ ਸੀਟਾਂ ਰਹਿ ਗਈਆਂ। ਅਤੇ ਜੇ ਮੈਂ ਇੰਡੀਵਿਜੁਅਲੀ ਗੱਲ ਕਰਾਂ, ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਿਲਕ ਨਗਰ ਦੀ, ਅਤੇ ਉੱਥੇ ਤਾਂ ਆਪਾਂ ਜਿੱਤੇ ਹਾਂ, ਪਰ MP ਦੀ ਸੀਟ ਆਪਾਂ ਨਹੀਂ ਕੱਢ ਪਾਏ। ਪਰ BJP ਨੂੰ ਇੱਕ ਸਬਕ ਇਹਨਾਂ ਚੋਣਾਂ ਤੋਂ ਮਿਲਿਆ, ਬਈ ਉਹ ਤਾਨਾਸ਼ਾਹੀ, ਗੁੰਡਾਗਰਦੀ ਅਤੇ ਨਫ਼ਰਤ ਦੀ ਰਾਜਨੀਤੀ ਨਹੀਂ ਚੱਲ ਸਕਦੀ। ਅਤੇ ਮੈਨੂੰ ਲੱਗਦਾ ਉਹਨਾਂ ਨੂੰ ਇਸ ਸਬਕ ਤੋਂ ਸਬਕ ਮਿਲੇਗਾ, ਅਤੇ ਉਹ ਹੁਣ ਕੰਮ ਵੱਲ ਧਿਆਨ ਦੇਣਗੇ, ਸਾਡੇ ਕੰਮ ਨਹੀਂ ਰੋਕਣਗੇ। ਦਿੱਲੀ ਦੇ MLAs ਨੂੰ ਖਾਸ ਤੌਰ 'ਤੇ ਨਿਰਦੇਸ਼ ਦਿੱਤੇ ਗਏ ਨੇ ਕਿ ਜੋ ਸਾਡਾ ਜਿੱਦਾਂ ਆਪਾਂ ਵੋਲੰਟੀਅਰਸ ਨਾਲ ਤਾਲਮੇਲ ਬਣਾ ਕੇ ਰੱਖਦੇ ਹਾਂ, ਲੋਕਾਂ ਨਾਲ ਤਾਲਮੇਲ ਬਣਾ ਕੇ ਰੱਖਦੇ ਹਾਂ, ਉਹਨੂੰ ਹੋਰ ਮਜ਼ਬੂਤ ਕਰੀਏ, ਤਾਂ ਜੋ ਪੈਟਰਨ ਦਿੱਲੀ ਦਾ ਚੱਲਦਾ ਰਿਹਾ, ਬਈ 14 ਲੋਕ ਸਭਾ ਨਹੀਂ ਜਿੱਤੇ ਪਰ 15 ਵਿੱਚ 70 'ਚੋਂ 67 ਜਿੱਤੇ, 19 ਵਿੱਚ ਲੋਕ ਸਭਾ ਨਹੀਂ ਜਿੱਤ ਸਕੇ ਪਰ 20 ਵਿੱਚੋਂ 70 'ਚੋਂ ਬਾਹਰ ਜਿੱਤੇ, ਪੈਟਰਨ ਦਿੱਲੀ ਦਾ ਸੇਮ ਚੱਲ ਰਿਹਾ। ਅਤੇ ਇਸ ਵਾਰ ਜੇ 7 ਵਿੱਚੋਂ ਇੱਕ ਨਹੀਂ ਜਿੱਤ ਸਕੇ ਤਾਂ ਦਿੱਲੀ ਵਿੱਚ 70 ਵਿੱਚੋਂ 70 ਦਾ ਇੱਕ ਨਵਾਂ ਰਿਕਾਰਡ ਆਪਾਂ ਦਰਜ ਕਰੀਏ। ਗੱਲ ਕਰੀਏ ਕਮੀਆਂ ਕਿੱਥੇ ਰਹੀਆਂ ਨੇ, ਗਰਾਊਂਡ ਲੈਵਲ ਦੀ ਵੀ ਗੱਲ ਕਰੀ ਸੀ, ਤੁਹਾਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਦੇਖਦੇ ਹਾਂ, ਤੁਸੀਂ ਆਪਣੇ ਇਲਾਕੇ 'ਚ ਵੀ ਕਾਫੀ ਐਕਟਿਵ ਰਹਿੰਦੇ ਹੋ, ਅਤੇ ਮਾਬਲ ਮਿਸਰ ਜਿਹੜੀ ਸੀਟ ਸੀਗੀ ਉਹ ਸਿੱਖਾਂ ਦਾ ਉੱਥੇ ਗੜ ਵੀ ਹੈ, ਕਿੰਨਾ ਪਿਆਰ ਹੈ ਤੁਹਾਡੇ ਨਾਲ, ਕੀ ਮੰਨਦੇ ਹੋ ਗਰਾਊਂਡ ਲੈਵਲ 'ਤੇ ਗੜਬੜੀ ਰਹੀ ਹੈ ਜਾਂ ਕਿਸ ਤਰੀਕੇ ਦੀ ਕਮੀ ਰਹੀ ਹੈ ਲੋਕਾਂ ਦੇ ਵਿੱਚ, ਤੁਸੀਂ ਲਗਾਤਾਰ ਵਿਚਰਦੇ ਰਹਿੰਦੇ ਹੋ? ਵੇਖੋ, ਅੱਜ ਦੇ ਅਖਬਾਰਾਂ ਦੀ ਕਈ ਸਾਰੇ ਅਖਬਾਰਾਂ ਦੀ ਇਹ ਲਾਈਨ ਹੈਡਲਾਈਨ ਹੈ ਕਿ ਸਿੱਖਾਂ ਨੇ ਤਾਂ ਇੱਕ ਤਰਫਾ ਵੋਟ ਪਾਈ ਮਾਬਲ ਮਿਸਰਾ ਜੀ ਨੂੰ, ਪਰ ਬਹੁਤ ਸਾਰੇ ਅਲੱਗ ਅਲੱਗ ਸੋਚ ਦੇ ਲੋਕ ਰਹਿੰਦੇ ਨੇ, ਬਾਕੀ ਥਾਵਾਂ ਤੋਂ ਉਨੀ ਉਮੀਦ, ਜਿੰਨੀ ਉਮੀਦ ਸੀ ਉਨੀ ਵੋਟ ਨਹੀਂ ਮਿਲੀ। ਸਿੱਖ ਹਲਕੇ ਜਿਹੜੇ ਨੇ ਉੱਥੋਂ ਅਸੀਂ ਚੰਗੀ ਤਰ੍ਹਾਂ ਜਿੱਤੇ ਹਾਂ। ਮੈਂ ਤਾਂ ਵਿਧਾਨ ਸਭਾ ਦੇ ਅੰਦਰ ਵੀ ਕਿਹਾ ਸੀ ਵੀ ਸਿੱਖ ਤਾਨਾਸ਼ਾਹੀ ਦੇ ਖਿਲਾਫ ਹਮੇਸ਼ਾ ਖੜ੍ਹਦੇ ਨੇ, ਅਤੇ ਸਿੱਖਾਂ ਨੇ ਅੱਜ ਫਿਰ ਸਾਬਤ ਕੀਤਾ ਵੀ ਆਪਾਂ ਤਾਨਾਸ਼ਾਹੀ ਦੇ ਖਿਲਾਫ ਹਾਂ, ਭਾਵੇਂ ਪੂਰੀ ਦਿੱਲੀ ਦਾ ਰੁੱਖ ਇੱਕ ਪਾਸੇ ਰਿਹਾ, ਪਰ ਸਿੱਖਾਂ ਵਾਲੇ ਹਲਕੇ 'ਚੋਂ ਆਮ ਆਦਮੀ ਪਾਰਟੀ ਬਹੁਤ ਸ਼ਾਨਦਾਰ ਜਿੱਤ ਲੈ ਕੇ ਨਿਕਲੀ ਹੈ। ਮੈਨੂੰ ਲੱਗਦਾ ਬਾਕੀ ਲੋਕਾਂ ਨੂੰ ਵੀ ਸਬਕ ਆਏਗਾ 5 ਸਾਲ ਬਾਅਦ ਜਦੋਂ ਚੋਣਾਂ ਆਉਣਗੀਆਂ, ਅਤੇ ਬਾਕੀ ਹਲਕੇ ਵੀ ਆਪਾਂ ਜਿੱਤਾਂਗੇ। ਪੰਜਾਬ ਦੀ ਜੇਕਰ ਗੱਲ ਕਰੀਏ, 13-0 ਦੀ ਗੱਲ ਕੀਤੀ ਸੀ, ਬੇਸ਼ੱਕ ਭਾਜਪਾ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਪਾਈ, ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਜਿਹੜਾ ਹੈ ਜੋ ਹੈ 3 ਸੀਟਾਂ 'ਤੇ ਸਿਮਟ ਕੇ ਰਹਿਣਾ ਪਿਆ, ਇਹਦੇ ਕੀ ਕਾਰਨ ਮੰਨਦੇ ਹੋ ਪੰਜਾਬ ਦੇ ਵਿੱਚ? ਦੇਖੋ, ਇੱਕ ਜਿੱਤ 'ਤੇ ਅਸੀਂ ਇਹਨੂੰ ਮੰਨਦੇ ਹਾਂ ਕਿ ਜੇ BJP ਪੰਜਾਬ 'ਚੋਂ ਆਊਟ ਹੋ ਗਈ ਉੱਥੇ ਖਾਤਾ ਨਹੀਂ ਖੋਲ੍ਹ ਪਾਈ, ਅਤੇ ਕਿਤੇ ਨਾ ਕਿਤੇ ਸਾਡਾ 13-0 ਵਾਲਾ ਫਾਰਮੂਲਾ ਕੁਛ ਹੱਦ ਤੱਕ 'ਤੇ ਸਾਡਾ ਟੀਚਾ ਪੂਰਾ ਹੋਇਆ। ਆਹ ਗੱਲ ਵੀ ਸਹੀ ਹੈ ਵੀ ਸਾਡੀ ਆਸ ਸੀਗੀ ਵੀ ਆਪਾਂ
ਜ਼ਿਆਦਾ ਸੀਟਾਂ ਜਿੱਤਾਂਗੇ ਉਹ ਅਸੀਂ ਨਹੀਂ ਜਿੱਤ ਪਾਏ, ਉਹਦੀ ਅੱਜ ਸਮੀਖਿਆ ਵੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਾਹਿਬ, ਉਹਨਾਂ ਨੇ MLAs ਨਾਲ ਨਵੇਂ ਚੁਣੇ MP ਸਾਹਿਬਾਨ ਨਾਲ ਮੀਟਿੰਗ ਕੀਤੀ, ਕਿਤੇ ਕਮੀ ਰਹਿ ਗਈ ਉਹਨੂੰ ਪੂਰਾ ਕਰਾਂਗੇ। ਸਭ ਨੂੰ MLA ਸਾਹਿਬਾਨ ਨੂੰ ਨਿਰਦੇਸ਼ ਦਿੱਤੇ ਗਏ ਨੇ ਵੀ ਜਾ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਮਿਲੋ, ਕਿਤੇ ਕਮੀ ਰਹੀ ਸਮਝੋ, ਲੋਕਾਂ ਦੇ ਕੰਮ ਕਰਾਓ ਜਿਹਦੇ ਕਿ ਲਈ ਲੋਕਾਂ ਨੇ ਸਾਨੂੰ ਚੁਣਿਆ। ਆਖਰੀ ਸਵਾਲ ਹੈ, ਹੁਣ ਵਿਧਾਨ ਸਭਾ ਦੀ ਚੋਣਾਂ ਨੂੰ ਵੀ ਖਾਸਾ ਸਮਾਂ ਨਹੀਂ ਰਹਿ ਗਿਆ, ਤਿਆਰੀਆਂ ਕਿਸ ਤਰੀਕਿਆਂ ਦੀਆਂ ਹੋਣਗੀਆਂ? ਅੱਜ ਬੈਠਕ ਦੇ ਵਿੱਚ ਕੋਈ ਚਰਚਾ ਹੋਈ ਹੈ ਵਲੰਟੀਅਰਸ ਦੇ ਵਿੱਚ, ਆਮ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਵਿਚਰੋਂਗੇ, ਕੋਈ ਬੈਠਕਾਂ ਤੈਅ ਹੋਈਆਂ ਨੇ ਅੱਗੇ? ਬਿਲਕੁਲ, ਉੱਦਾਂ ਤਾਂ ਆਮ ਆਦਮੀ ਪਾਰਟੀ ਦੇ ਜੋ ਵੀ ਲੀਡਰ ਨੇ ਵਲੰਟੀਅਰ ਨੇ ਇੱਕ ਪਰਿਵਾਰ ਦੀ ਤਰ੍ਹਾਂ ਆਪਸ 'ਚ ਵਿਚਰਦੇ ਹੈ, ਅਤੇ ਫਿਰ ਵੀ ਹਲਕਾ ਲੈਵਲ 'ਤੇ ਵਲੰਟੀਅਰਸ ਮੀਟ ਇੱਕ ਪੂਰੀ ਦਿੱਲੀ ਵਿੱਚ ਕਾਰਿਕਰਤਾ ਸੰਮੇਲਨ ਹੋਏਗਾ ਛੇਤੀ, ਅਤੇ ਲੋਕਾਂ ਦੇ ਕੰਮ ਜਿਹੜਾ ਸਾਡਾ ਮੇਨ ਸਾਡੀ ਪਛਾਣ ਹੈ, ਉਹਨਾਂ ਕੰਮਾਂ 'ਤੇ ਖਾਸ ਧਿਆਨ ਦੇਣ ਲਈ ਕਿਹਾ ਗਿਆ, ਕਿਉਂਕਿ ਬਹੁਤ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਚੋਣਾਂ ਵਿੱਚ, ਅਤੇ ਜਿੰਨਾ ਵੀ ਸਮਾਂ ਰਹਿ ਗਿਆ ਉਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਕੰਮ ਕਰਾਈਏ, ਆਪਣੇ ਆਪਣੇ ਇਲਾਕੇ ਨੂੰ ਬਿਹਤਰ ਬਣਾਈਏ। ਜੇ ਇਲਾਕਾ ਬਿਹਤਰ ਬਣਦਾ ਤਾਂ ਪੂਰੀ ਦਿੱਲੀ ਬਿਹਤਰ ਬਣਦੀ ਹੈ, ਅਤੇ ਲੋਕਾਂ ਨੂੰ ਤਾਂ ਕੰਮ ਹੀ ਚਾਹੀਦਾ। ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਦਿੱਲੀ ਦੇ ਵਿਧਾਇਕ ਤਿਲਕਨਗਰ ਤੋਂ ਜਰਨੈਲ ਸਿੰਘ, ਔਰ ਪੰਜਾਬ ਦੇ ਇੰਚਾਰਜ ਵੀ ਨੇ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਦਿੱਲੀ ਦੇ ਵਿੱਚ 7 ਸੀਟਾਂ ਆਉਣਗੀਆਂ, ਪੰਜਾਬ ਦੇ ਵਿੱਚ 13 ਸੀਟਾਂ ਆਉਣਗੀਆਂ, ਅਤੇ ਦਿੱਲੀ ਦੇ ਵਿੱਚ ਤਾਂ ਖਾਤਾ ਤੱਕ ਨਹੀਂ ਖੁੱਲ੍ਹ ਪਾਇਆ, ਅਤੇ ਦੂਸਰੇ ਪਾਸੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ 13 ਦੇ ਵਿੱਚੋਂ ਸਿਰਫ 3 ਸੀਟਾਂ ਹੀ ਆ ਪਾਈਆਂ। ਬੇਸ਼ੱਕ ਭਾਜਪਾ ਵੀ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਪਾਈ, ਪਰ ਪਿਤਨ ਕਿਤੇ ਆਮ ਆਦਮੀ ਪਾਰਟੀ ਦੀਆਂ ਵੀ ਜਿਹੜੀਆਂ ਕਮੀਆਂ ਆ ਰਹੀਆਂ ਨੇ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਖੈਰ ਪਿਆਰ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ। ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਘਰ ਦੇ ਬਾਹਰ ਮੌਜੂਦ ਸੀਗੇ, ਲਗਭਗ 1.5 ਘੰਟਾ ਬੈਠਕ ਚੱਲੀ ਹੈ, 5 ਵਜੇ ਦਾ ਸਮਾਂ ਰੱਖਿਆ ਗਿਆ ਸੀਗਾ, ਸਾਰੇ ਦਿੱਲੀ ਦੇ ਵਿਧਾਇਕਾਂ ਨੂੰ ਬੁਲਾਇਆ ਗਿਆ ਸੀਗਾ, ਔਰ ਗਰਾਊਂਡ ਲੈਵਲ ਤੱਕ ਜਿਹੜੀ ਹੈ ਹੁਣ ਜੋ ਹੈ ਵਲੰਟੀਅਰਾਂ ਤੱਕ ਪਹੁੰਚਿਆ ਜਾਏਗਾ, ਆਮ ਲੋਕਾਂ ਤੱਕ ਵਿਚਰਿਆ ਜਾਏਗਾ, ਜਿਸ ਤਰੀਕੇ ਨਾਲ ਵੋਟਾਂ ਵੇਲੇ ਵਿਚਰਿਆ ਜਾਂਦਾ ਤਾਂ ਉਸ ਸਮੇਂ ਹੁਣ ਬੈਠਕਾਂ ਦਾ ਦੌਰ ਜਿਹੜਾ ਰਹੇਗਾ। ਔਰ ਦੂਸਰੇ ਪਾਸੇ ਗੱਲ ਕੀਤੀ ਜਾਵੇ, ਸਾਡੀ ਗੱਲਬਾਤ ਦਿੱਲੀ ਦੇ ਮੰਤਰੀ ਗੋਪਾਲ ਰਾਏ ਜੀ ਨਾਲ ਵੀ ਹੋਈ ਹੈ, ਉਹਨਾਂ ਨੇ ਵੀ ਕਿਹਾ ਕਿ ਹੁਣ 2 ਦਿਨ ਬਾਅਦ ਜਿਹੜਾ ਹੈ ਵਿਧਾਇਕਾਂ ਨਾਲ ਇੱਕ ਵਾਰ ਫਿਰ ਤੋਂ ਬੈਠਕ ਕੀਤੀ ਜਾਏਗੀ, ਕਾਊਂਸਲਰਸ ਨੂੰ ਬੁਲਾਇਆ ਜਾਏਗਾ, ਜ਼ਿਲ੍ਹਾ ਪ੍ਰਧਾਨਾਂ ਨੂੰ ਜਿਹੜਾ ਬੁਲਾਇਆ ਜਾਏਗਾ, ਉਹਨਾਂ ਦੇ ਨਾਲ ਗੱਲ ਕੀਤੀ ਜਾਏਗੀ, ਵਲੰਟੀਅਰਸ ਦੀ ਡਿਊਟੀਜ਼ ਲਗਾਈ ਜਾਏ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਵੀ ਜਿਹੜੀਆਂ ਨੇ ਉਹ ਨੇੜੇ ਹੀ ਨੇ, ਕੁਝ ਹੀ ਸਮਾਂ ਬਾਕੀ ਵਿਧਾਨ ਸਭਾ ਦੀ ਚੋਣਾਂ ਵੀ ਹੋਣੇ ਨੇ, ਉਸ ਨੂੰ ਲੈ ਕੇ ਵੀ ਜਿਹੜੀ ਸਮੀਖਿਆ ਕੀਤੀ ਗਈ, ਕਿਹੜੇ ਕਾਰਨ ਰਹੇ ਨੇ, ਕਿਸ ਤਰੀਕੇ ਦੀ ਕਮੀ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਰਹੀ ਹੈ ਲੋਕ ਸਭਾ ਦੀ ਚੋਣਾਂ ਦੇ ਵਿੱਚ, ਇਹਨਾਂ ਦੇ ਉੱਤੇ ਚਰਚਾ ਜਿਹੜੀ ਹੋਈ ਆ, ਤੁਸੀਂ ਲਗਾਤਾਰ ਮੇਰੇ ਨਾਲ ਜੁੜੇ ਰਹੋ, ਅਸੀਂ ਪਲ-ਪਲ ਦੀ ਅਪਡੇਟਸ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਨਿਊਜ਼ ਦਿੱਲੀ।